ਕਿਤੇ ਮੈਂ ਸਾਈਡ ਤੇ ਹੋ ਗਿਆ ਪਿੱਛੋਂ ਗੱਡੀ ਠਾ ਦੇ ਕੇ ਲੱਗੀ ਗੱਡੀ ਲੱਗੀ ਤੇ ਗੱਡੀਆਂ ਇਕੱਠੀਆਂ ਹੋ ਗਿਆ ਦੋਨੋਂ ਤਿੰਨ ਨੇ ਡਰਾਈਵਰ ਥੱਲੇ ਉਤਰਿਆ ਥੱਲੇ ਉਤਰ ਕੇ ਉਹ ਦੁਬਾਰਾ ਫਿਰ ਗੱਡੀ 'ਚ ਜਾ ਕੇ ਲੰਮਾ ਪਿਆ ਉਹਨੂੰ ਕੋਈ ਟੈਕ ਨਹੀਂ ਹੋਇਆ ਫਿਰ ਉੱਥੇ ਜਿਹੜੇ ਪੈਦਲ ਆਇਆ ਫਿਰ ਗਿਆ ਉਹ ਤੁਹਾਡੇ ਆਟੋ ਬਾਬੇ ਦਾ ਕੰਮ ਹੋ ਗਿਆ ਸੀ ਜਿੰਨਾ ਭਜਦਾ ਹਾਂ ਬਾਬਾ ਦਿੱਕੇ ਹੋ ਗਿਆ ਇੱਥੇ ਗਿਰ ਕੇ ਆਣਾ ਨਾਲੇ पतीला भी खाली दूध ही नहीं गिरा बिच। की नाम है भाई तेरा? मेरा नाम दर्शन सिंह है जी। की काम करते हो? ऑटो चलाने जी। केड़ी जगह जी? इसी जगह तो ऑटो मेरा ही है जी। अच्छा ऑटो है। की गल होई है जी? बस इधरो बस आई है, साडा ऑटो उठे खड़ा सी। ਆਟੋ ਆਉਣ ਸਾਰਾ ਸੀ ਮੈਂ ਕੋਲੇ ਦੇ ਸੀ, ਮੈਂ ਸ਼ੁਕਰ ਮੈਂ ਸਟਾਰਟ ਕਰਨ ਲੱਗਾ ਸੀ ਗੱਡੀ, ਮੈਂ ਸਟਾਰਟ ਕੀਤੀ ਮੈਂ ਸਾਈਡ ਤੇ ਹੋ ਗਿਆ ਪਿੱਛੋਂ ਗੱਡੀ ਠਾ ਦੇ ਕੇ ਲੱਗੀ ਗੱਡੀ ਲੱਗੀ ਤੇ ਗੱਡੀਆਂ ਇਕੱਠੀਆਂ ਹੋ ਗਿਆ ਦੋਨੋਂ ਤਿੰਨ ਨੇ ਡਰਾਈਵਰ ਥੱਲੇ ਉਤਰਿਆ ਥੱਲੇ ਉਤਰ ਕੇ ਉਹ ਦੁਬਾਰਾ ਫਿਰ ਗੱਡੀ 'ਚ ਜਾ ਕੇ ਲੰਮਾ ਪਿਆ ਉਹਨੂੰ ਕੋਈ ਟੈਕ ਨਹੀਂ ਹੋਇਆ ਫਿਰ ਉੱਥੇ ਜਿਹੜੇ ਪੈਦਲ ਆਇਆ ਫਿਰ ਗਿਆ ਉਹ ਤੁਹਾਡੇ ਆਟੋ ਸਵਾਰੀਆਂ ਬੈਠੀਆਂ ਸੀ? ਸਾਡੇ ਖਾਲੀ ਖੜਾ ਜੀ ਸਾਈਡ ਤੇ। ਬੱਸ 'ਚ ਕੋਈ ਸਵਾਰੀ ਸੀਗੀ? ਬੱਸ 'ਚ ਸਵਾਰੀਆਂ ਸੀ। ਉਹਨਾਂ ਨੂੰ ਸੱਟਾਂ ਲੱਗੀਆਂ? ਇੱਕ ਦੋ ਨੂੰ ਲੱਗਿਆ ਸੱਟਾਂ ਜੀ। ਜਿਹੜਾ ਤੁਸੀਂ ਤੇ ਆਟੋ ਖੜਾਏ ਨੇ ਤੁਹਾਡੇ ਕੋਲ ਪਰਮਿਸ਼ਨ ਵਗੈਰਾ ਜਾਂ ਸਟੈਂਡ ਹੈ ਜੀ ਕੋਈ? ਸਾਡਾ ਯੂਨੀਅਨ ਹੈ, ਰਜਿਸਟਰਡ ਯੂਨੀਅਨ ਹੈ ਜੀ ਸਾਡੀ। ਯੂਨੀਅਨ ਨਹੀਂ ਹੈ, ਜਗ੍ਹਾ ਦੀ, ਜਿਹੜੀ ਜਗ੍ਹਾ ਦੀ ਗੱਲ ਕਰਦੇ ਹਾਂ, ਰਜਿਸਟਰਡ ਯੂਨੀਅਨ ਹੈ ਇਹ। ਤੁਸੀਂ ਮੰਗ ਕੀ ਕਰਦੇ ਹੋ ਜਿਹੜਾ ਤੁਹਾਡਾ ਇਹਨਾਂ ਨੁਕਸਾਨ ਹੋਇਆ? ਵੀਰ ਜੀ ਇਸ ਤਾਂ ਹੀ ਮੰਗ ਕਰਦੇ ਆ, ਜਿਹੜਾ ਸਾਡਾ ਨੁਕਸਾਨ ਜਿੰਨਾ ਵੀ ਹੋਇਆ ਅਸੀਂ ਉਹਨੂੰ ਲੜਨਾ ਕੀ ਹੈ? ਸਾਡਾ ਗੱਡੀ ਦਾ ਗਰੀਬ ਬੰਦੇ ਹੈ ਜੀ, ਇਹੀ ਤਾਂ ਸਾਡੀ ਰੋਜੀ ਰੋਟੀ ਹੈ ਜੀ, ਇਸ ਤੋਂ ਬਾਰਾ ਕੋਈ ਨਹੀਂ ਹੈ। ਹੁਣ ਬਸ ਆ ਲੋਕਡਾਊਨ ਦੇ ਉੱਤੇ ਸੀ, ਹੁਣ ਇਹ ਗੱਡੀ ਮੇਰੀ ਬਿਲਕੁਲ ਖਤਮ ਹੋ ਗਈ, ਮੈਂ ਤਾਂ ਰੋਟੀ ਤੋਂ ਹੋਗਾ ਯਾਰ। ਕੀ ਮੰਗ ਕੀ ਕਰਦੇ ਹੋ ਤੁਸੀਂ? ਮੇਰੀ ਗੱਡੀ ਠੀਕ ਕਰਾ, ਹੁੰਦੀ ਨਹੀਂ ਹੈ, ਵੈਸੇ ਤਾਂ ਮੇਰੀ ਗੱਡੀ ਠੀਕ ਨਹੀਂ ਹੁੰਦੀ, ਜੇ ਹੁੰਦੀ ਹੈ ਤਾਂ ਮੈਨੂੰ ਕਰਵਾ ਦੇਣੀ, ਮੇਰਾ ਮੌਜਾ ਦੇ। ਕੁਛ ਨਹੀਂ ਪਤਾ, ਮੈਂ ਅੰਦਰ ਦਫ਼ਤਰ ਸੀ, ਮੈਂ ਹੁਣ ਆ ਕੇ ਚੈੱਕ ਕਰਿਆ ਜੀ, ਆ ਕੇ ਦੇਖਿਆ ਹੀ ਹੈ ਉਹਨੂੰ, ਐਂਬੂਲੈਂਸ 'ਚ ਗਿਰਾ, ਮੈਡੀਕਲ ਦਾ ਤੇ ਭੇਜ ਦਿੱਤਾ। ਤਬੀਅਤ ਕਿਵੇਂ ਹੈ ਉਹਨਾਂ ਦੀ ਫਿਲਹਾਲ? ਜਿਹੜਾ ਸੱਟਾ ਜ਼ਿਆਦਾ ਤਾਂ ਨਹੀਂ? ਇੱਥੋਂ ਅਜੇ ਫਿਲਹਾਲ ਠੀਕ ਸੀਗਾ। ਹਾਂ ਯਾਨੀ ਬਾਜੀ ਕਿੱਥੇ ਕਿੱਥੇ ਜਾ ਰਹੀ ਸੀ ਬੱਸ? ਕਿਹੜੀ ਜਗ੍ਹਾ? ਇਹ ਲਲੌਸੀ ਤੋਂ ਆਈ ਸੀ। ਲਲੌਸੀ ਤੋਂ ਆਈ ਸੀ ਬਚਾ ਰਹਿ ਗਿਆ ਬਹੁਤ ਜ਼ਿਆਦਾ, ਕੋਈ ਅੱਗੇ ਨਹੀਂ, ਲਾਈਟ ਗ੍ਰੀਨ ਹੋਈ ਹੋਈ ਸੀ ਤਾਂ ਕਰਕੇ ਬਚਾ ਰਹਿ ਗਿਆ। ਦੇਖੋ ਆਪਾਂ ਕੁਛ ਨਹੀਂ ਕਹਿ ਸਕਦੇ, ਆਪਾਂ ਇਹਦੇ ਬਾਰੇ ਕੁਛ ਨਹੀਂ ਕਹਿ ਸਕਦੇ, ਅਜੇ ਤਾਂ ਆਪਾਂ ਐਂਬੂਲੈਂਸ 'ਚ ਪਾ ਕੇ ਉਹਨੂੰ ਡਾਕਟਰ ਸਾਹਿਬ ਦੇ ਉੱਥੇ ਭੇਜਤਾ, ਹੁਣ ਬਾਅਦ 'ਚ ਡਿਕਲੇਅਰ ਹੋਊਗਾ ਵੀ ਕੀ ਗੱਲ ਹੋਈ। ਕੱਲ ਵੀ ਇੱਕ ਮਾਮਲਾ ਹੁੰਦਾ, ਉਦੋਂ ਵੀ ਅਟੈਕ ਆ ਗਿਆ ਸੀ ਇੱਕ ਜਿਹੜਾ ਡਰਾਈਵਰ ਨੂੰ, ਪਰ ਡਰਾਈਵਰ ਨੇ ਬੜੀ ਸੂਝਬੂਝ ਦਿਖਾਈ, ਸ਼ਾਇਦ ਉਹਨੂੰ ਅਭਾਵ ਹੋ ਗਿਆ ਸੀ ਵੀ ਮੈਨੂੰ ਕੋਈ ਨੁਕਸਾਨ ਹੋ ਰਿਹਾ ਹੈ। ਉਸਨੇ ਬਹੁਤ ਸੂਝਬੂਝ ਦਿਖਾਈ, ਉਸਨੇ ਖੇਤਾਂ ਦੇ ਵੱਲ ਗੱਡੀ ਕੱਢ ਦਿੱਤੀ ਔਰ ਸਵਾਰੀਆਂ ਤਾਂ ਕੋਈ ਨੁਕਸਾਨ ਨਹੀਂ ਹੋਇਆ, ਪਰ ਡਰਾਈਵਰ ਆਪ ਜਿਹੜਾ ਉਹਨਾਂ ਦੀ ਡੈਥ ਹੋ ਗਈ ਹੈ। ਅਜੇ ਹੁਣ ਦੇਖੋ ਆਪਾਂ ਤਾਂ ਹੁਣ ਇਹਦੀ ਕੀ ਕਰ ਸਕਦੇ, ਸਾਨੂੰ ਵੀ ਪਤਾ ਹੀ ਲੱਗੇ ਜੇ ਅਸੀਂ ਜਾ ਕੇ ਦੇਖਿਆ ਹੀ ਆ ਉੱਥੇ, ਵੈਸੇ ਬਾਕੀ ਸਾਰੀਆਂ ਸੇਫ ਦੀਆਂ ਸਵਾਰੀਆਂ ਕੱਲ੍ਹ, ਹੁਣ ਡਰਾਈਵਰ ਨੂੰ ਅਚਾਨਕ ਆ ਗਈ ਪ੍ਰੋਬਲਮ, ਉਹਦੇ 'ਚ ਆਪਾਂ ਕੀ ਕਰ ਸਕਦੇ? ਤਾਂ ਬਿਲਕੁਲ ਕਮਲੇਸ਼ ਕੁਮਾਰ ਜੀ, ਕੀ ਹੋਇਆ ਸੀ? ਹੋਇਆ ਕੁਛ ਨਹੀਂ ਜੀ, ਇਸ ਟਾਈਮ ਜੀ ਜਦ ਬੰਦੇ ਉੱਧਰੋਂ ਆਉਂਦੇ ਨਾ ਤਾਂ ਲਾਲ ਬੱਤੀ ਹੈ, ਦੂਜੀ ਬੱਤੀ ਹੋਏ ਕਰਾਸ ਕਰਨ ਦੀ ਕੋਸ਼ਿਸ਼ ਕਰਦੇ, ਜਲਦੀ ਸਪੀਡ ਚੱਕ ਲੈਂਦੇ, ਐਕਸਲੇਟਰ ਪੈਰ ਰੱਖਿਆ ਪਰਵਾਹ ਕੋਈ ਨਹੀਂ ਹੈ, ਉਹਦੇ ਕੋਲ ਸੰਭਾਲੀ ਨਹੀਂ ਗਈ। ਲੋਕ ਇਹ ਕਹਿਣ ਲੱਗ ਗਏ ਉਸ ਵਕਤ, ਕਹਿੰਦੇ ਜੀ ਲਾਸਟ ਦਾ ਐਕਸੀਡੈਂਟ ਹੋਇਆ ਜੀ, ਇਹਨੂੰ ਅਟੈਕ ਜੀ ਅਟੈਕ ਹੋਇਆ, ਮਰੇ ਦਾ ਅਟੈਕ ਉਟੈਕ ਹੋਇਆ ਜਾਂ ਨਹੀਂ ਹੋਇਆ ਕੀ ਪਤਾ, ਰੱਬ ਜਾਣੇ, ਪਰ ਟ੍ਰੈਫਿਕ ਪੁਲਿਸ ਦਾ ਕੰਟਰੋਲ ਤਾਂ ਉਰੇ ਬਹੁਤ ਹੈ, ਐਸੀ ਗੱਲ ਕੋਈ ਨਹੀਂ ਹੈ, ਫਿਰ ਵੀ ਇਹ ਖਤਰਨਾਕ ਹੈ ਕਿ ਸਪੀਡ ਨਾਲ ਆਉਂਦੇ ਨਾ ਲੋਕ, ਇਹ ਚੁੱਕਰ ਸੀ ਕਿ ਲਾਲ ਬੱਤੀ ਉਸ ਵਕਤ ਖਤਮ ਹੋਈ ਸੀ, ਜੇਕਰ ਉਹ ਖਤਮ ਨਾ ਹੋਈ ਹੁੰਦੀ, ਗ੍ਰੀਨ ਬੱਤੀ ਚੱਲ ਰਹੀ ਸੀ, ਉਹ ਖਤਮ ਨਾ ਹੋਈ ਹੁੰਦੀ ਤਾਂ ਉਰੇ 20-25 ਬੰਦੇ ਜਾਨ ਜਾ ਸਕਦੀ ਸੀ। ਡਰਾਈਵਰ ਤਾਂ ਜ਼ਖਮੀ ਹੈ ਜੀ ਖਾਸਾ, ਸਵਾਰੀਆਂ ਵੀ ਥੋੜ੍ਹੀ ਬਹੁਤ ਜ਼ਖਮੀ ਹੈਗੀਆਂ, ਪਰ ਆਟੋਆਂ ਦਾ ਨੁਕਸਾਨ ਹੋਇਆ, ਪਿੱਛੇ ਰੇੜੀ ਵਾਲ ਦਾ ਨੁਕਸਾਨ ਹੋਇਆ, ਇਹਨਾਂ ਨੂੰ ਫੱਟ ਸੱਟਾਂ ਲੱਗੀਆਂ ਬਹੁਤ। ਸੁਖਵਿੰਦਰ ਸਿੰਘ ਚੀਫ ਇੰਸਪੈਕਟਰ। ਇਹ ਲਲੌਸੀ ਤੋਂ ਆ ਰਹੀ ਸੀ ਪਟਿਆਲੇ ਨੂੰ ਚੱਲ ਕੇ, ਇਹ ਅਸੀਂ ਤਾਂ ਬੱਸ ਸਟੈਂਡ ਦੇ ਅੰਦਰ ਸੀਗੇ, ਸਾਨੂੰ ਤਾਂ ਜਦ ਪਤਾ ਲੱਗਿਆ ਵੀ ਐਂ ਕਰਕੇ ਤੁਹਾਡੀ ਬੱਸ ਐਕਸੀਡੈਂਟ ਹੋ ਗਈ, ਅਸੀਂ ਜਦ ਆ ਕੇ ਦੇਖਿਆ ਤਾਂ ਡਰਾਈਵਰ ਨੂੰ ਅਸੀਂ ਐਂਬੂਲੈਂਸ 'ਚ ਪਾ ਰਹੇ ਸੀ, ਮਤਲਬ ਡਰਾਈਵਰ ਐਂਬੂਲੈਂਸ ਪਾ ਕੇ ਅਸੀਂ ਉਸੇ ਮੈਡੀਕਲ ਵਾਸਤੇ ਭੇਜਤਾ, ਅਤੇ ਬਾਕੀ ਸਵਾਰੀਆਂ ਜਿੰਨੀਆਂ ਹੈਗੀਆਂ ਸਾਰੀਆਂ ਸੇਫ ਨੇ। ਮੇਰੇ ਆਉਣ ਤੋਂ ਪਹਿਲਾਂ ਸਵਾਰੀਆਂ ਤਕਰੀਬਨ ਬੱਸ ਦੇ ਵਿੱਚ ਹੈ ਨਹੀਂ ਸੀ,
सारिया मतलब बागे से ठीक से सवारियाँ नहीं सर ये बारे मैं अजे कोई जानकारी ना समझ आ रहा दौरा दौरा जब कोई अचानक कदम हूँ मैं तो उरे है नहीं सी मैं तो कुछ पता नहीं है मैं तो जो मैं आके पता लगे मैं उसको दस रहा बरिंदर बरिंदर सिंह ये समाणे साइड का रहने वाला मैनू मैं माता कशाला हस्पताल किसी स्टेटमेंट लै रहा है कुछ झगड़ा हुआ सगा उत्थे मुंशी का फोन आया कि बस साढ़े एक बेकाबू बस होकर एक साइड गई है तो मौके पर आके देखा भी जी बस है इन्हें काफ़ी टैंपू का बिजली बोर्ड के खंभे का नुकसान किया यह ड्राइवर भी उन्होंने हॉस्पिटल भेजे हो सकता भी उन्होंने कोई दौरा पै गया हो जा कोई प्रॉब्लम आ गई हो मौके पर बयान लैके या डॉक्टर की स्टेटमेंट लैके मेडिकल रिकॉर्ड लैके पता लगू भी उन्होंने दौरा पिया या की प्रॉब्लम उदो क्यों हादसा होया बाकी मौके पर पड़ताल कर रहे हैं यही सूरत होगी वैसे काफ़ी जगह दी होगी जिम्मे आटो जो बची है आटो जो बड़े खड़े ने इतने भी स्टैंड है जी आटो का है स्टैंड है स्टैंड स्टैंड है सरकारी स्टैंड है कि बनाया है नहीं इन्होंने अलग अलग जिम्मे रोड के उपर खड़े कर सकते हैं आटो नहीं रोड तो नहीं एक साइड से रोड तो नहीं एक साइड से नहीं रोड के उपर ही है जी नहीं वो रोड तो परले पास है कच्चे कच्चे पास है नहीं इतने खड़े कर सकते हैं कच्ची जगह स्टैंड बना सकते हैं जी वो भी वेरीफाई करेंगे भी स्टैंड है या नहीं है वेरीफाई करेंगे जी गुरु कबीर जी 98720-82492 गेट एक्स लव बैक इन योर लाइफ मोनी वशीकरण करवाओ मन चाह प्रेमी प्रेमिका अपने वस विच करो परेशानी जिमे वशीकरण करवाना चा तुड़वाना पति पत्नी च अनबन औलाद सुख विदेश यात्रा पीआर च रुकावट खोया प्यार वापस पौना सौतन दुश्मन तो छुटकारा कर्जा मुक्ति प्रेम व्याज देरी तलाक केस चा जमीनी झगड़ा लॉटरी नंबर पाओ 649 होवे चा लोटो मैक्स प्यार च धोखा खा चुके प्रेमी प्रेमिका एक बार जरूर संपर्क करो मैं तुहाडा प्यार टुटन नहीं देवांगा इट्स माई प्रॉमिस।